ਅੰਬੈਲ ਦਾ ਤੁਹਾਨੂੰ ਪਤਾ ਲੱਗ ਗਿਆ ਮਾੜਾ ਜਿਹਾ ਟੁੱਟ ਵੀ ਗਿਆ ਜੀ। ਆਹ ਦੇ ਆਹ ਵੇਖ ਲਓ, ਆਹ ਦਿਸ ਗਿਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕੁਮ। ਮੈਂ ਤੁਹਾਡਾ ਆਪਣਾ ਮੁਹੰਮਦ ਉਸਮਾਨ ਅਤੇ ਤੁਸੀਂ ਦੇਖਦੇ ਪਏ ਹੋ ਯੂਟਿਊਬ ਚੈਨਲ ਉਸਮਾਨ ਪੇਂਡੂ ਵਲੋਗਸ। ਅਤੇ ਜਿਹੜੇ ਭਰਾ ਸਾਡੇ ਚੈਨਲ 'ਤੇ ਨਵੇਂ ਆ, ਸਾਡੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਉ, ਲਾਈਕ ਕਰਕੇ ਦੋਸਤਾਂ ਨਾਲ ਸ਼ੇਅਰ ਕਰ ਦੇਣਾ। ਟਾਈਮ ਹੋ ਰਿਹਾ ਫਿਲਹਾਲ 12:30 ਦਾ ਦੁਪਹਿਰ ਦਾ, ਅਤੇ ਤੁਹਾਡਾ ਭਰਾ ਵਾਲ ਸ਼ਾਲ ਕਟਾ ਕੇ ਪੱਪੂ ਸ਼ੱਪੂ ਥੋੜ੍ਹਾ ਜਿਹਾ ਬਣ ਕੇ ਆ ਗਿਆ, ਅਤੇ ਅੱਗੇ ਬਹੁਤ ਵੱਡੇ ਵੱਡੇ ਵਾਲ ਦੇਖ ਲਓ ਤੁਸੀਂ। ਹੁਣ ਵਾਲ ਵੂਲ ਕਟਾਏ, ਅੱਜ ਗਰਮੀ ਕਾਫੀ ਜ਼ਿਆਦਾ ਕਰਕਣ ਦੀ, ਦੇਖੋ ਚੈੱਕ ਕਰੋ ਵੀ ਕਿੱਦਾਂ ਕਰਕਣ ਦੀ, ਕਿੰਨੀ ਧੁੱਪ ਅੱਜ ਲੱਗੀ ਹੋਈ ਹੈ, ਡੰਗਰ ਵੀ ਕਰਕਣ ਦੇ। ਆਹ ਦੇਖ ਲਓ, ਅਤੇ ਆਹ ਖਲੋਤਾ ਖਾਂਦਾ ਤਾਂ ਵਾਂਗਾਂ ਦੇ ਜਿੰਨਾ। ਅੱਛਾ, ਆਹੋ, ਤਾਂ ਅੱਜ ਕਾਫੀ ਜ਼ਿਆਦਾ ਗਰਮੀ ਹੋਈ ਖਲੋਤੀ, ਧੁੱਪ ਲੱਗਣ ਦੀ, ਮੌਸਮ ਖਰਾਬ ਹੋਵੇ ਨਾ, ਬਾਰਿਸ਼ ਬੁਰਸ਼ ਪਵੇ ਫੇਰ ਆ, ਮੱਝਾਂ ਸਾਰੀਆਂ ਕਰਕਣ ਦੀਆਂ, ਇੰਨਾ ਜ਼ਿਆਦਾ ਕਰਕਣ ਦੀ। ਲਓ ਜੀ, ਇਸ ਮੋਬਾਈਲ ਦਾ ਰਿਜ਼ਲਟ ਚੈੱਕ ਕਰੋ, ਅਤੇ ਮੈਂ ਤੁਹਾਨੂੰ ਦਿਖਾਉਂਦਾ ਨਵਾਂ ਜਿਹੜਾ ਮੋਬਾਈਲ, ਮੇਰੇ ਕੋਲ ਮੋਬਾਈਲ ਮੈਂ ਨਵਾਂ ਲਿਆ, ਇਹ ਆ ਜਿਹੜਾ ਇਹਦਾ ਤੁਹਾਨੂੰ ਰਿਜ਼ਲਟ ਚੈੱਕ ਕਰਾਉਂਦਾ ਕਿਹੋ ਜਿਹਾ। ਓਪੋ A52, ਇਹ ਆ ਦੇਖੋ, ਕੀ ਮਜਬੂਰੀ ਸੀ, ਮੈਨੂੰ ਕਿਉਂ ਖਰੀਦਣਾ ਪਿਆ, ਕੀ ਜ਼ਰੂਰਤ ਸੀ ਇਸ ਮੋਬਾਈਲ ਦੀ, ਮੈਂ ਕਿਉਂ ਖਰੀਦਿਆ, ਕਿਸ ਵਜ੍ਹਾ ਤੋਂ ਖਰੀਦਿਆ। ਅਤੇ ਆਹ ਮੋਬਾਈਲ ਦਾ ਤੁਸੀਂ ਰਿਜ਼ਲਟ ਚੈੱਕ ਕਰੋ, ਅਤੇ ਉਸ ਮੋਬਾਈਲ ਦਾ ਰਿਜ਼ਲਟ ਜਿਹੜਾ ਨਾ, ਅਤੇ ਉਹਦੀ ਮੈਂ ਵੀਡੀਓ ਬਣਾ ਕੇ, ਪਹਿਲਾਂ ਇਸ ਮੋਬਾਈਲ ਦੀ ਤੁਸੀਂ ਨਾ ਇਸ ਮੋਬਾਈਲ ਦੀ ਵੀਡੀਓ ਚੈੱਕ ਕਰੋ, ਫਿਰ ਆਪਾਂ ਗੱਲ ਕਰਦੇ ਹਾਂ, ਅਤੇ ਇਹਦਾ ਰਿਜ਼ਲਟ ਪਹਿਲਾਂ ਚੈੱਕ ਕਰ ਲਓ ਬਈ, ਹੈ ਕਿ ਨਹੀਂ। ਫਿਰ ਆਹ ਮੋਬਾਈਲ ਦਾ ਜਾਂ ਵੀ ਉਹ ਚੈੱਕ ਕਰ ਲਓ ਬਈ, ਕਿੱਦਾਂ ਲੱਗ ਰਿਹਾ ਬਈ, ਧੁੰਦਲਾ ਥੋੜ੍ਹਾ ਥੋੜ੍ਹਾ ਹੈ ਵਾ, ਪਰ ਮੋਬਾਈਲ ਮੈਨੂੰ ਉਸ ਮੋਬਾਈਲ ਦਾ ਰਿਜ਼ਲਟ ਥੋੜ੍ਹਾ ਜਿਹਾ ਸਾਫ ਸਹੀ ਆ, ਦੋਵਾਂ ਦਾ ਉਹਦਾ ਠੀਕ ਆ, ਅਤੇ ਇਹ ਕਿੱਥੋਂ ਦੀ ਜ਼ੂਮ ਹੁੰਦਾ, ਆਹ ਕੁਆਲਿਟੀ ਬਹੁਤ ਗੰਦੀ ਆ, ਆਹ ਵੇਖ ਲਿਆ ਓਪੋ ਦੀ 464 ਦੀ, ਕੈਮਰਾ ਇਹ ਕਿੰਨਾ ਗੰਦਾ, ਇੰਨਾ ਗੰਦਾ ਕੈਮਰਾ ਨਹੀਂ ਹੋਣਾ, ਕਿੰਨਾ ਕੈਮਰਾ ਗੰਦਾ ਇਹ ਵਾ, ਓਪੋ A52 ਦਾ। ਅਤੇ ਇਹਦੇ ਨਾਲੋਂ ਬਿਹਤਰ ਉਹ ਮੋਬਾਈਲ, ਇਹਦਾ ਡਿਸਪਲੇ ਬਹੁਤ ਛੋਟਾ, ਪਰ ਹੈ ਛੋਟਾ ਵਾ, ਛੋਟਾ ਹੀ ਆ, ਫਿਰ ਪੁਰਾਣਾ ਮੋਬਾਈਲ ਹੈ, ਅਤੇ ਆਵਾਜ਼ ਦਾ ਮੈਨੂੰ ਕੋਈ ਪਤਾ ਨਹੀਂ ਆ ਸਾਫ ਹੈ ਕਿ ਨਹੀਂ ਹੈਗੀ, ਹੁਣ ਆਵਾਜ਼ ਬਣਨਾ ਤਾਂ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕਿੱਦਾਂ ਦੀ ਆਵਾਜ਼ ਠੀਕ ਆ ਜਾਂ ਨਹੀਂ ਹੈ ਵਾ, ਕਿਉਂਕਿ ਜਦੋਂ ਮੈਂ ਆਪ ਐਡੀਟਿੰਗ ਕਰਾਂਗਾ ਨਾ ਦੂਸਰੇ ਮੋਬਾਈਲ ਵੀਡੀਓ ਕਰਕੇ, ਫਿਰ ਮੈਨੂੰ ਪਤਾ ਲੱਗ ਜਾਵੇ ਆਵਾਜ਼ ਕਿੱਦਾਂ ਦੀ ਆਏਗੀ, ਹੁਣ ਤੁਸੀਂ ਗੁਜ਼ਾਰਾ ਕਰੋ, ਆਵਾਜ਼ ਮੈਨੂੰ ਭਾਵੇਂ ਉੱਚੀ ਬੋਲਾਂ, ਜਿਹੜਾ ਉਹ ਮੇਰਾ ਮੋਬਾਈਲ ਆ ਨਾ, ਉਹਦੇ ਮੈਂ ਮਾੜਾ ਸਲੋ ਜਿੰਨਾ ਮਰਜ਼ੀ ਬੋਲਾਂ ਆਵਾਜ਼ ਬਟ ਠੱਕ ਵੱਜਦੀ ਉਸ ਮੋਬਾਈਲ 'ਚ, ਆਈਟਲ ਆ ਉਹ ਮੋਬਾਈਲ ਮੇਰੇ ਕੋਲ ਆਈਟਲ ਆ, ਅਤੇ ਇਹ ਓਪੋ ਆ, ਗੁਜ਼ਾਰਾ ਕਰਦਾ ਹੈ 10-15 ਹਜ਼ਾਰ ਕਿਤੇ ਹੈਗਾ ਡੱਬਾ ਪੈਕ। ਹਾਂ, ਮੋਬਾਈਲ ਦਾ ਰਿਜ਼ਲਟ ਚੈੱਕ ਕਰੋ ਬਈ, ਦੀ ਮੈਂ ਵੀਡੀਓ ਬਣਾਈ ਆ, ਤੁਸੀਂ ਚਾਹੇ ਦੱਸਣਾ ਵਾ ਕਿ ਮੋਬਾਈਲ ਦਾ ਰਿਜ਼ਲਟ ਕਿੱਦਾਂ ਵਾ। ਠੀਕ ਜੀ, ਵੇਖ ਲਈ ਵੀਡੀਓ, ਤੁਸੀਂ ਦੱਸੋ ਆਹ ਮੋਬਾਈਲ ਮੈਨੂੰ ਕੀ ਮਜਬੂਰੀ ਸੀ, ਕਿਉਂ ਮੈਨੂੰ ਖਰੀਦਣਾ ਪਿਆ ਮੋਬਾਈਲ, ਬਾਈ ਸਰਾਰ ਨੇ ਭੇਜਿਆ ਨਾ, ਅਤੇ ਕੀ ਮਜਬੂਰੀ ਸੀ ਮੈਨੂੰ। ਹਾਂ, ਮਜਬੂਰੀ ਸੀ ਯਾਰ, ਟਿਕਟੋਕ ਤਾਂ ਤੁਹਾਡਾ ਭਰਾ ਲਾਈ ਬਹਿਣ ਲੱਗ ਪਿਆ ਨਾ, ਤੋ ਮੈਨੂੰ ਕਦੇ ਸਿੰਮ ਕੱਢ ਕੇ ਇਸ ਮੋਬਾਈਲ 'ਚ ਪਾਉਣੀ ਪੈਂਦੀ ਸੀ, ਕਦੇ ਕੱਢਣੀਆਂ ਪੈਂਦੀਆਂ ਸੀ ਸਿੰਮਾਂ, ਅਤੇ ਡਿਵਾਈਸ 'ਤੇ ਪੈਕ ਲਾਉਣਾ ਪੈਂਦਾ ਸੀ, ਅਤੇ ਇਸ ਪਾਰੋਂ ਹੁਣ ਮੈਨੂੰ ਫਿਰ ਦੂਸਰੇ ਮੋਬਾਈਲ ਦੀ ਜ਼ਰੂਰਤ ਸੀ, ਉਹ ਮੋਬਾਈਲ ਮੈਂ ਖਰੀਦਿਆ, ਆਹ ਜਿਹੜਾ ਮੈਂ ਕਿਹਾ ਇਹਦੇ 'ਚ ਹੁਣ ਪਾਵਾਂਗੇ ਇਕੱਲੀ ਬਾਹਰ ਦੀ ਸਿੰਮ, ਉਹਦੇ 'ਤੇ ਲਾਈਵ ਆਇਆ ਕਰਾਂਗੇ, ਇਸ ਪਾਰੋਂ ਮੈਨੂੰ ਇਹ ਮੋਬਾਈਲ ਖਰੀਦਣਾ ਪਿਆ ਵਾ, ਕਿਉਂਕਿ ਇਹਦੇ 'ਚ ਹੁਣ ਮੈਂ ਪਾਈ ਹੋਈ ਇਸ ਟਾਈਮ ਸਿੰਮ, ਜਦੋਂ ਵੀ ਮੈਂ ਹੁਣ ਦਿਲ ਕਰੇ ਟਿਕਟੋਕ 'ਤੇ ਵਾਈਫਾਈ ਫਿੱਧਰੋਂ ਇਸ ਮੋਬਾਈਲ 'ਚ ਔਨ ਕਰਕੇ ਚਲਾ ਸਕਦਾ ਸੀ, ਅਤੇ ਉੱਦਾਂ ਮੈਂ ਆਹ ਜਿਹੜੀਆਂ ਪਾਕਿਸਤਾਨੀ ਸਿੰਮਾਂ ਕੱਢਦਾ ਸੀ, ਅਤੇ ਉਹ ਸਿੰਮ ਪਾਉਂਦਾ ਸੀ, ਅਤੇ ਫਿਰ ਕਿਤੇ ਜਾ ਕੇ ਵਾਈਫਾਈ ਔਨ ਕਰਦਾ ਸੀ, ਅਤੇ ਫਿਰ ਮੈਂ ਚਲਾਉਂਦਾ ਸੀ, ਅਤੇ ਹੁਣ ਜਿਹੜੀਆਂ ਪਾਕਿਸਤਾਨੀ ਸਿੰਮਾਂ ਇਸ ਮੋਬਾਈਲ 'ਚ ਹੀ ਆ, ਅਤੇ ਉਹਦੇ 'ਚ ਹੁਣ ਮੈਂ ਪਾਈ ਹੋਈ ਪੱਕੀ ਪੱਕੀ ਸਿੰਮ, ਜਦੋਂ ਦਿਲ ਕਰੇ ਲਾ ਰਾਤ ਨੂੰ ਲਾਈਵ ਬਹਿਓ ਚਲਾਓ, ਫਿਰ ਪਹਿਲਾਂ ਮੈਂ ਇਸ ਮੋਬਾਈਲ 'ਚ ਸਿੰਮ ਪਾਓ, ਵੀ ਉਹ ਕਰੋ ਡਿਵਾਈਸ 'ਚ ਸਿੰਮ ਪਾਓ, ਬੜਾ ਖਪਣਾ ਪੈਂਦਾ ਜੀ ਮੈਨੂੰ, ਫਿਰ ਅੱਲਾ ਕੀਤਾ ਬੇਸਰਾਰ ਨੇ ਮੋਬਾਈਲ ਭੇਜ ਦਿੱਤਾ ਤੁਹਾਡੇ ਭਰਾ ਨੂੰ। ਚਲੋ,
तो हुण इहदा वेखदे आं बाहरों तो बहुत खूबसूरत लगता तो अंदरों चला के वेखदे कितें हैंग हुंदा होया ना। आपां मार देना सूत लगता एक बंदा दिंदा पिया 8000 रुपया 8000 दाले विकन भी लग पिया। सोचते हैं इंदा ये लाइव तो सही, मैनू इंदा डिस्प्ले छोटा ना, डिस्प्ले छोटा इंदा इस मोबाइल का। चलो वेखते हैं जो सूत लग्या रखांगे नहीं तो इनू माड़ के फिर वड्डा डिस्प्ले वाला मोबाइल लाँगे, चलता ही ले लाँगे 10-12 हज़ार वाला, तो ये माड़ दाँगे मोबाइल। एक बार इन चला के चैक कर लिए सही चलिया, हैंग हूंग ना होया फिर तो ओप्पो A52 ठीक है। नहीं तो मैं कदे चलाया तो नहीं ओप्पो A52, अज इन पहली बार चला के वेखनी है तो टाइम की हो गया इन्हें तो टाइम ही पुट्ठा नज़र आई जाता जी। इदा 4 बज के ओ चक रहा, खलोयो खलोयो पूरे 5 बजे का टाइम हो गया। तो अज मेरे को माड़ा जहा डिग क्या चीर पै भी गया जे आ वेख लो ये कैमरा वाली जगह तो मेरे को डिग चीर पै भी गया, नुकसान हो भी गया चलाया हाले आ गया हूँ मैं, मेरे को इदा ही डिगया चल माड़ा जो चीर पै गया हाले भाई। हूँ चलीए घर 5 बज गए तो मोबाइल का तुम पता लग गया माड़ा जहा टुट भी गया जे आ वेख लो आ दिस गया, थोड़ी खारश आ भी गई हाले चलाया भी नहीं। चलो कुछ करते हैं जो सही टिकटॉक तो लाइव तो अड़िया उड़िया ना फिर तो ठीक है, उदा मैं रखा ही कॉल वास्ते, मैं चलो इन्हें तो वीडियो बनाते ना कॉल आ जाती है ता नहीं, तो मैं तो सोच रहा कि चलो मेरे को छोटा मोबाइल हो गया ना तो फिर सी, पर मैं चलो फिर मैं सोचा टिकटॉक तो लाइव भी बनने तो यार मोबाइल व्डा ही चाहिए होना चाहिए क्योंकि सिम कढ़नी पानी पी इस पर मैं फिर सोचा थोड़ा व्डा लाँगे, चलो व्डा तो ले लिया हूँ सही है इनू वेखते बेहतर चला के ना ही तो फिर 3-4 दिन एक होर मोबाइल की वीडियो आई होगी मोबाइल ही बदलते रहना कुछ कर लो आहो आराम करो काम चोरो। लो दोस्तों सुबह सुबह टाइम है, अज अगला दिन तो राती वीडियो का एंडिंग कार होया याद भुल गया सी, सूरज निकलिया आया तो वीडियो इतने कर दें एंड, मिलते हैं फिर अगली वीडियो। अल्लाह हाफिज़, साढ़े चैनल में सबसक्राइब कर दिया जी, सूरज निकलिया आया जी।